ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਆਇਆਂ ਨੂੰ। ਸਵਾਗਤ ਹੈ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਅਸੀਂ 12ਵੀਂ ਕਲਾਸ ਦਾ ਜਿਹੜਾ ਅੱਜ ਪ੍ਰੀ ਬੋਰਡ ਪੰਜਾਬੀ ਦਾ ਪੇਪਰ ਆਇਆ ਹੈ ਉਸਨੂੰ ਸੋਲਵ ਕਰਾਂਗੇ, ਉਸ ਉੱਤੇ ਥੋੜ੍ਹਾ ਜਿਹਾ ਡਿਸਕਸ ਕਰਾਂਗੇ ਔਰ ਥੋੜ੍ਹਾ ਜਿਹਾ ਇਹਦੇ ਬਾਰੇ ਤੁਹਾਨੂੰ ਹੋਰ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਇੰਪੋਰਟੈਂਟ ਕੁਐਸਚਨ ਜਿਹੜੇ ਕਿ 12ਵੀਂ ਦੇ ਫਾਈਨਲ ਪੰਜਾਬੀ ਪੇਪਰ ਵਿੱਚ ਜਿਹੜੇ ਕਿ ਆ ਸਕਦੇ ਨੇ। ਸੋ ਅੱਜ ਦਾ ਪੇਪਰ ਆਇਆ ਤਾਂ ਬਹੁਤ ਆਸਾਨ ਸੀ, ਪਰ ਫਿਰ ਵੀ ਕੁਝ ਬੱਚਿਆਂ ਨੂੰ ਕੁਝ ਡਾਊਟ ਹੈ ਜਿਨ੍ਹਾਂ ਨੇ ਕੁਐਰੀਜ਼ ਪਾਈਆਂ ਨੇ ਮੈਨੂੰ ਕਿ ਇਹ ਕੁਐਸਚਨ ਸਮਝ ਨਹੀਂ ਆਇਆ ਜਾਂ ਇਹਦਾ ਆਂਸਰ ਨਹੀਂ ਪਤਾ ਸੀ। ਸੋ ਅਸੀਂ ਅੱਜ ਸਾਰਾ ਜਿਹੜਾ ਪੇਪਰ ਹੈ ਉਸਨੂੰ ਸੋਲਵ ਕਰਾਂਗੇ। ਸੋ ਇਹ ਹੈ ਜੋ ਪੰਜਾਬੀ ਪ੍ਰੀ ਬੋਰਡ ਦਾ ਅੱਜ ਪਲੱਸ ਟੂ ਦਾ ਪੇਪਰ ਆਇਆ ਹੈ। ਸੋ ਇਹਦੇ 'ਚ ਪਹਿਲਾਂ ਸਭ ਤੋਂ ਪਹਿਲਾਂ ਆਏ ਹਨ ਪ੍ਰਸੰਗ ਸਹਿਤ ਵਿਆਖਿਆ। ਦੋ ਆਪਸ਼ਨਸ ਦਿੱਤੀਆਂ ਨੇ, ਉਹਦੇ 'ਚੋਂ ਇੱਕ ਕਰਨੀ ਹੈ। ਜਿਹੜੀ ਪਹਿਲੀ ਪ੍ਰਸੰਗ ਸਹਿਤ ਵਿਆਖਿਆ ਆਈ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓਕਰ ਆਰਾਮ ਨਹੀਂ ਬਹਿੰਦੇ, ਜਿਹੜਾ ਇਹ ਪੈਰਾ ਹੈ ਇਹ ਆਇਆ ਹੈ ਭਾਈ ਵੀਰ ਸਿੰਘ ਜੀ ਦੀ ਕਵਿਤਾ ਚਸ਼ਮਾ ਇੱਛਾ ਵੱਲ ਅਤੇ ਡੂੰਘੀਆ ਚਾਵਾਂ। ਇਸ ਵਿੱਚ ਜਿਹੜਾ ਕਿ ਜਿਹੜਾ ਚਸ਼ਮਾ ਇੱਛਾ ਵੱਲ ਮੈਂ ਕਵਿਤਾ ਪਹਿਲਾਂ ਵੀ ਕਰਾਈ ਹੋਈ ਹੈ, ਜਿਹਦੇ ਵਿੱਚ ਕਿ ਕਵੀ ਜਿਹੜਾ ਕਿ ਪਹਿਲਾਂ ਚਸ਼ਮੇ ਨੂੰ ਪ੍ਰਸ਼ਨ ਕਰਦਾ ਹੈ ਕਿ ਬਈ ਤੂੰ ਸਾਰਾ ਦਿਨ ਨਿਰੰਤਰ ਕਿਉਂ ਚੱਲ ਰਿਹਾ ਹੈ, ਸ਼ਾਮ ਹੋਣ ਨੂੰ ਆਈ ਹੈ, ਸੈਲਾਨੀ ਵੀ ਚਲੇ ਗਏ, ਮਾਲੀ ਵੀ ਚਲੇ ਗਏ, ਅਤੇ ਪਰ ਤੂੰ ਕਿਉਂ ਚੱਲ ਰਿਹਾ ਹੈ। ਅਤੇ ਇਸ ਪੈਰੇ ਵਿੱਚ ਜਿਹੜਾ ਚਸ਼ਮਾ ਉੱਤਰ ਦੇ ਰਿਹਾ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਜਿਨ੍ਹਾਂ ਦੇ ਦਿਲ ਵਿੱਚ ਕਿਸੇ ਲਈ ਮਿਲਾਪ ਦੀ ਤਾਂਘ ਹੋਵੇ, ਪ੍ਰੇਮ ਹੋਵੇ, ਜਿਨ੍ਹਾਂ ਦੀ ਅੱਖਾਂ ਵਿੱਚ ਪਿਆਰ ਵਸਿਆ ਹੋਵੇ, ਉਹ ਦਿਨ ਰਾਤ ਪਏ ਚੱਲਦੇ ਨੇ, ਉਹਨਾਂ ਦੇ ਮਨ 'ਚ ਇੱਕੋ ਲਗਨ ਲੱਗੀ ਰਹਿੰਦੀ ਹੈ, ਉਹਨਾਂ ਦੀ ਟੋਰ ਜਿਹੜੀ ਅਨੰਤ ਹੁੰਦੀ ਹੈ, ਜਦ ਤੱਕ ਉਹਨਾਂ ਦਾ ਵਸਲ ਨਹੀਂ ਹੋ ਜਾਂਦਾ, ਮਿਲਾਪ ਨਹੀਂ ਹੋ ਜਾਂਦਾ ਜਿਸ ਨੂੰ ਉਹਨਾਂ ਮਿਲਣਾ, ਤਦ ਤੱਕ ਉਹ ਨਿਰੰਤਰ ਚੱਲਦੇ ਰਹਿੰਦੇ ਹਨ। ਸੋ ਇਹ ਪਹਿਲਾ ਪੈਰਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਚਸ਼ਮਾ ਇੱਛਾ ਵੱਲ ਅਤੇ ਡੂੰਘੀਆਂ ਛਾਵਾਂ 'ਚੋਂ। ਦੂਸਰਾ ਪੈਰਾ ਹੈ ਮੈਂ ਅੱਗ ਤੁਰੀ ਪਰਦੇਸ ਨਹੀਂ ਸਹੀ ਹੋ, ਅੱਗ ਤੁਰੀ ਪਰਦੇਸ, ਇਹ ਸ਼ਿਵ ਕੁਮਾਰ ਦੀ ਕਵਿਤਾ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਲੂਣਾ, ਉਹਦੇ ਵਿੱਚੋਂ ਲਿਆ ਗਿਆ ਹੈ, ਜਿਸ ਵਿੱਚ ਕਿ ਕਵੀ ਇੱਕ ਲੜਕੀ ਦੇ ਰੂਪ ਵਿੱਚ ਕਹਿ ਰਿਹਾ ਹੈ ਕਿ ਮੈਂ ਜਿਹੜੀ ਜੋਬਨ ਰੁੱਤੇ ਜਿਹੜੀ ਲੜਕੀ ਹੈ ਉਹ ਹਰ ਲੜਕੀ ਵਿਆਹ ਕੇ ਪਰਦੇਸ ਤੁਰ ਜਾਂਦੀ ਹੈ, ਉਸ ਬਾਰੇ ਇਹਦੇ ਵਿੱਚ ਸਾਰਾ ਦੱਸਿਆ ਗਿਆ ਹੈ। ਔਰ ਫਿਰ ਅੱਗੇ ਸੈਕਿੰਡ ਪ੍ਰਸ਼ਨ ਆ ਜਾਂਦਾ ਹੈ ਜਿਹਦੇ ਵਿੱਚੋਂ ਚਾਰ ਕਵਿਤਾਵਾਂ ਦਿੱਤੀਆਂ ਹਨ, ਉਹਦੇ 'ਚੋਂ ਕਿਸੇ ਇੱਕ ਦਾ ਸਾਰ ਕਰਨਾ ਹੈ। ਰਾਧਾ ਸੰਦੇਸ਼, ਜਿਹਦੇ ਵਿੱਚ ਰਾਧਾ ਸੰਦੇਸ਼ ਉਹੀ ਕਵਿਤਾ ਜਿਸ ਵਿੱਚ ਕ੍ਰਿਸ਼ਨ ਜਿਹੜਾ ਹੈ ਉਦੋਂ ਆਪਣੇ ਦੋਸਤ ਦੇ ਹੱਥ ਸੁਨੇਹਾ ਭੇਜਦਾ ਹੈ ਰਾਧਾ ਨੂੰ ਕਿ ਉਹ ਕਦੋਂ ਮਿਲਣ ਲਿਆ ਗਿਆ, ਅਤੇ ਰਾਧਾ ਅੱਗੋਂ ਉਦੋਂ ਨੂੰ ਕੀ ਕਹਿੰਦੀ ਹੈ ਉਹ ਸਾਰਾ ਹੈ। ਜੰਗਲ ਦੇ ਵਿੱਚ ਰਾਤ ਪਈ ਹੈ, ਜੰਗਲ ਦੇ ਵਿੱਚ ਰਾਤ ਪਈ ਕਵਿਤਾ ਹੈ ਜਿਸ ਵਿੱਚ ਇੱਕ ਕਾਫਿਲਾ ਹੈ ਜਿਹੜਾ ਕਿ ਜੰਗਲ 'ਚੋਂ ਨਿਕਲ ਰਿਹਾ ਹੈ, ਅਤੇ ਉਹਨਾਂ ਨੂੰ ਕਿਸ ਕਿਸ ਚੀਜ਼ ਦਾ ਭੈ ਹੈ ਜੰਗਲੀ ਜੀਵਾਂ ਦਾ, ਉਹ ਜੰਗਲ ਦੇ ਕਾਫਲੇ ਨੂੰ ਆਧਾਰ ਲੈ ਕੇ ਵਰਤਮਾਨ ਮਨੁੱਖ ਸਮਾਜਿਕ ਦੀ ਜਿਹੜੀ ਸਮਕਾਲੀਨ ਸਥਿਤੀ ਹੈ ਇਨਸਾਨ ਦੀ, ਉਸ ਬਾਰੇ ਦੱਸਿਆ ਹੈ। ਕ੍ਰਿਸ਼ਨ ਜੀ ਕਵਿਤਾ ਹੈ ਜਿਹਦੇ ਵਿੱਚ ਕਵੀ ਦੇਖਦਾ ਹੈ ਕਿ ਕ੍ਰਿਸ਼ਨ ਜਿਹੜਾ ਹੈ ਜਮੁਨਾ ਕਿਨਾਰੇ ਕਦਮ ਦੇ ਦਰਖਤ ਦੇ ਥੱਲੇ ਬ੍ਰਿਸ਼ ਦੇ ਥੱਲੇ ਕਿਵੇਂ ਖੜਾ ਹੈ ਉਹ ਹੈ। ਪਸ਼ੂ ਚਰ ਦੀ ਕਵਿਤਾ ਜਿਸ ਵਿੱਚ ਕਵੀ ਜਿਹੜਾ ਕਿ ਪਸ਼ੂ ਬਣ ਦੀ ਲੋਚਾ ਰੱਖਦਾ ਹੈ ਕਿ ਉਹ ਮਨੁੱਸ਼ ਬਣ ਬਣ ਕੇ ਥੱਕ ਚੁੱਕਾ ਹੈ ਜ਼ਿੰਮੇਵਾਰੀਆਂ ਕਰਕੇ, ਅਤੇ ਉਹ ਜਿਹੜਾ ਕਿ ਅਗਲੇ ਜਨਮ ਵਿੱਚ ਪਸ਼ੂ ਬਣ ਕੇ ਆਉਣਾ ਚਾਹੁੰਦਾ ਹੈ। ਸੋ ਅੱਗੇ ਤੀਸਰਾ ਪ੍ਰਸ਼ਨ ਹੈ, ਅੰਨਦਾਤਾ ਕਵੀ ਦਾ ਕੇਂਦਰੀ ਭਾਵ ਦੱਸੋ। ਅੰਨਦਾਤਾ ਕਵਿਤਾ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ ਔਰਤ ਹੈ, ਜਿਹੜਾ ਉਸਦਾ ਪਤੀ ਹੈ, ਉਹ ਉਸ ਪਤੀ ਜਿਹੜਾ ਹੈ ਪਤੀ ਦਾ ਦਿੱਤਾ ਖਾ ਰਹੀ ਹੈ, ਮਰਦ ਦਾ ਦਿੱਤਾ ਖਾ ਰਹੀ ਹੈ, ਅਤੇ ਉਹ ਉਸਦਾ ਅੰਨਦਾਤਾ ਹੈ, ਉਹ ਆਪਣੇ ਪਤੀ ਦੇ ਖਿਲਾਫ਼ ਜਿਹੜਾ ਕਿ ਕੁਛ ਵੀ ਬੋਲ ਨਹੀਂ ਸਕਦੀ, ਉਸਦੇ ਬੋਲਣ ਤੋਂ ਪਹਿਲਾਂ ਆਪਣੇ ਪਤੀ ਦੀ ਕਿਸੇ ਗੱਲ ਦੇ ਖਿਲਾਫ਼ ਜਾਂ ਅਗੇਂਸਟ ਬੋਲੇ, ਉਸ ਤੋਂ ਪਹਿਲਾਂ ਉਸ ਪਤੀ ਦਾ ਦਿੱਤਾ ਹੋਇਆ ਅੰਨ ਬੋਲ ਪੈਂਦਾ ਹੈ, ਕਿਉਂਕਿ ਅਸੀਂ ਅੰਨ ਦੇ ਕੀੜੇ ਹੈ, ਅੰਨ ਦੇ ਭਾਰ ਹੇਠਾਂ ਦੱਬੇ, ਉਸ ਲਈ ਪਤੀ ਦੇ ਖਿਲਾਫ਼ ਨਹੀਂ ਬੋਲ ਸਕਦੀ। ਫਿਰ ਚੌਥਾ ਕੁਐਸਚਨ ਹੈ ਜਿਹਦੇ 'ਚ ਚਾਰ ਛੋਟੇ ਪ੍ਰਸ਼ਨ ਦਿੱਤੇ ਹਨ। ਪਹਿਲਾ ਹੈ, ਸੰਦ ਅਤੇ ਹਥਿਆਰ ਵਿੱਚ ਕੀ ਫ਼ਰਕ ਹੈ? ਸੰਦ ਹੁੰਦਾ ਹੈ ਕਿਸੇ ਚੀਜ਼ ਨੂੰ ਬਣਾਉਣ ਖਾਤਰ ਜਿਹੜਾ ਕਿ ਬਣਾਇਆ ਜਾਂਦਾ ਹੈ, ਅਤੇ ਹਥਿਆਰ ਵਿਨਾਸ਼ ਦੇ ਕੰਮ ਜਿਹੜਾ ਆਉਂਦਾ ਹੈ। ਦੂਸਰਾ ਹੈ, ਕਵੀ ਤਾਜ ਮਹਿਲ ਦੇ ਹੁਸਨ ਨੂੰ ਛਲਾਵਾ ਯਾਨੀ ਕਿ ਧੋਖਾ ਕਿਉਂ ਕਹਿੰਦਾ ਹੈ? ਇਸ ਲਈ ਕਹਿੰਦਾ ਹੈ ਕਿ ਤਾਜ ਮਹਿਲ ਖੂਬਸੂਰਤ ਹੈ, ਲੇਕਿਨ ਉਸਨੂੰ ਬਣਾਉਣ ਪਿੱਛੇ ਕਿਤਨੇ ਹੀ ਜਿਹੜੇ ਮਜ਼ਦੂਰ ਮਜ਼ਦੂਰਨੀਆਂ ਦਾ ਦੁੱਖ ਸੰਤਾਪ ਵਿੱਚ ਦਿਖਾਈ ਦਿੰਦਾ ਹੈ, ਜਿਨ੍ਹਾਂ ਉੱਤੇ ਬਹੁਤ ਸਾਰੇ ਜ਼ੁਲਮ ਕੀਤੇ ਗਏ ਸੀ, ਉਹਨਾਂ ਨੂੰ ਕਿੰਨਾ ਦੁੱਖ ਦੇ ਕੇ ਤਾਜ ਮਹਿਲ ਦੀ ਉਸਾਰੀ ਕੀਤੀ ਗਈ ਸੀ। ਅਹਿਲਿਆ ਕੌਣ ਸੀ? ਗੌਤਮ ਰਿਸ਼ੀ ਦੀ ਪਤਨੀ ਸੀ, ਜਿਸ ਨੂੰ ਕਿ ਗੌਤਮ ਰਿਸ਼ੀ ਦੇ ਸ਼ਰਾਬ ਦੇ ਕਾਰਨ ਉਹ ਜਿਹੜੀ ਕਿ ਪੱਥਰ ਦੀ ਬਣ ਗਈ ਸੀ, ਅਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਰਾਮ ਜੀ 14 ਸਾਲ ਦੇ ਵਨਵਾਸ ਵਿੱਚ ਜੰਗਲ ਵਿੱਚ ਗਏ, ਤਾਂ ਉਹਨਾਂ ਨੇ ਅਹਿਲਿਆ ਨੂੰ ਪੱਥਰ ਤੋਂ ਮੁੜ ਤੋਂ ਫਿਰ ਤੋਂ ਇੱਕ ਸਜੀਵ ਔਰਤ ਬਣਾਇਆ ਸੀ। ਫਿਰ ਅਗਲੀ ਕਵਿਤਾ ਊਸ਼ਾ ਕਵਿਤ ਕੁਸ਼ ਅਗਲਾ ਕੁਸ਼ਚਨ ਹੈ ਊਸ਼ਾ ਕਵਿਤਾ ਵਿੱਚੋਂ ਕਿ ਊਸ਼ਾ ਦੇ ਆਗਮਨ ਜਾਂ ਊਸ਼ਾ ਦੇ ਆਉਣ ਨਾਲ ਕੀ ਹੁੰਦਾ ਹੈ? ਊਸ਼ਾ ਆਉਂਦੀ ਜਿਹੜੀ ਸੂਰਜ ਦੀ ਕਿਰਨ, ਊਸ਼ਾ ਦੇ ਆਉਣ ਨਾਲ ਜਿਹੜੀ ਕੁਦਰਤ ਪ੍ਰਕਾਸ਼ਮਾਨ ਹੋ ਜਾਂਦੀ ਹੈ, ਪੰਛੀ ਉਡਾਰੀਆਂ ਮਾਰਦੇ ਹਨ, ਪੱਤਿਆਂ ਉੱਤੇ ਪਈਆਂ ਜਿਹੜੀਆਂ ਤਰੇਲ ਜਾਂ ਓਸ ਦੀਆਂ ਬੂੰਦਾਂ ਹੁੰਦੀਆਂ ਹਨ, ਮੋਤੀ ਵਾਂਗ ਚਮਕਦੀਆਂ ਹਨ। ਫਿਰ ਅਗਲਾ ਪੰਜਵਾਂ ਪ੍ਰਸ਼ਨ ਆ ਜਾਂਦਾ ਹੈ, ਚਾਰ ਕਹਾਣੀਆਂ ਦਿੱਤੀਆਂ ਹਨ, ਉਹਨਾਂ 'ਚੋਂ ਇੱਕ ਦਾ ਸਾਰ ਕਰਨਾ। ਘਰ ਵਿੱਚ ਹੀ ਗੁਰਿਆਈ, ਘਰ ਵਿੱਚ ਹੀ ਗੁਰਿਆਈ, ਉਹੀ ਕਹਾਣੀ ਹੈ ਜਿਹਦੇ ਵਿੱਚ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਯਾਨੀ ਕਿ ਤੀਸਰੇ ਗੁਰੂ ਅਮਰਦਾਸ ਜੀ ਤੋਂ ਗੁਰੂ ਗੱਦੀ ਜਿਹੜੀ ਘਰ ਵਿੱਚ ਹੀ ਰਹਿਣ ਦਾ ਵਰਦਾਨ ਮੰਗਿਆ ਸੀ। ਮਲਕ ਭਾਗੋ ਅਤੇ ਭਾਈ ਲਾਲੋ, ਜਦੋਂ ਮਲਕ ਭਾਗੋ ਅਤੇ ਭਾਈ ਲਾਲੋ ਕਹਾਣੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਰੋਟੀ ਵਿੱਚੋਂ, ਕੋਧਰੀ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਅਤੇ ਪੂੜੇ ਵਿੱਚੋਂ ਖੂਨ ਕੱਟ ਕੇ ਦਿਖਾਇਆ ਸੀ ਕਿ ਕਿਸ ਤਰ੍ਹਾਂ ਜਿਹੜੀ ਹੱਕ ਲਾਲ ਦੀ ਕਮਾਈ ਹੁੰਦੀ ਉਹਦੇ 'ਚੋਂ ਕਿਵੇਂ ਦੁੱਧ ਨਿਕਲਦਾ ਹੈ।
फिर है थानेदारी, थानेदारी कहानी वही जिदे विच एक कुत्ता आता है वो एक आदमी नू काट लेंदा है। तो ये कहानी है व्यंग है, एक कटाक्ष है अज के जेडे कि समाज उत्ते या अज के हायर अथॉरिटीज उपर कि वह किमें गिरगट की तरह रंग बदलते हैं। फिर है स्विट्जरलैंड की यात्रा जिस विच लेखक ने अपने स्विट्जरलैंड की यात्रा का जो सफरनामा विलायती सफरनामा उन्हें स्विट्जरलैंड की यात्रा बारे थोड़ा जहा अंश जरा कि सूँ दिता है जिस विच लेमा झील बारे एविया के चश्मे बारे जरा सूँ इस दसिया गया है। सो अगे छेवां प्रश्न है जोड़ा 3 नंबर च आया है, मिस्टर वैदर क्राफ्ट के फांसी बारे की विचार सन। एक कौम लई कुरबानी कहानी विचों है जिस भी दस्या गया कि मिस्टर वैदर क्राफ्ट का यह विचार से कि गवाहियों के आधार पर फांसी की सज़ा नहीं दी जानी चाहिए, जिन्हें गुनाह किया है वह अपना गुनाह आप कबूल कर ले तो फांसी की सज़ा दी जानी चाहिए है। 7वें प्रश्न विच फिर 5 प्रश्न दिते हैं, दो दो नंबर दे। पहला है लोक गीतां दे भंडार नूं संभालण दी जरूरत क्यों है? इसलिए है क्योंकि नवे लोक गीत सिरजे नहीं जा रहे हैं और अगर पुराने लोक गीतां नूं ना संभालिया तो आने वाली जिहड़ियां पीढ़ियां हैं अपने लोक गीतां नूं भुल जाणगियां, वह पश्चिमी सभ्यता या फिल्मी गाणियां विच ही रुझियां रह जाणगियां। अगला क्वेश्चन है मलक भागो के अंदर वाहेगुरु शब्द किस तरह टिकिया? कि जो मलक भागो भाई लालो वाले निबंध में जो दस्या गया कि मलक भागो गुरु नानक देव जी के चरणों च डिग जाता बेहोश होकर तो गुरु नानक देव जी वो सिर उत्ते हाथ फेरते हैं पानी का छिट्टा दे के वाहेगुरु शब्द का उच्चारण करते हैं तो उसके अंदर वाहेगुरु शब्द टिक जाता है। फिर है डाढ़ा मारदे आदमी ने थानेदार नूं की दस्या? थानेदारी कहानी विचों है डाढ़ा मारना मतलब जोर जोर दी रोना। डाढ़ा मारदे व्यक्ति ने थानेदार नूं दस्या कि उसका जड़ा कि गली विच जा रहा सी ते कुत्ते ने उसनों काट लिया, उसका पजामा फाड़ दिता, उसका नुकसान है तो उसके नाल न्याय किया जाए। अगला है बीबी भानी जी गुरु अमरदास जी की किस तरह सेवा करते हैं? बीबी भानी जी गुरु अमरदास जी की सपुत्री सन, वो गुरु जी के हर चीज़ का ख्याल रखते सन, उन्होंने जोड़ा तड़के उठ के स्नान करना उसके वास्ते भी सारी तैयारी रखते सन, उन्होंने खाण पीन का हर तरह का उन्होंने ध्यान रखते सन। बीबी भानी जी लिए उन्होंने गुरु अमरदास जी सिर्फ पिता नहीं सी, उन्होंने गुरु सन, इस करके उन्होंने पूरे दसी मर्यादा अनुसार रेंदे सन। अगला है लेखक के खाण पीन बारे तुसी की जानते हो? शीशे सामने जीत सिंह सीतल का लिखे निबंध विचों है। इसका आंसर यह बनता है कि लेखक जिहड़ा कि घट खांदा घट पींदा सी, समय सिर ते रोटी नहीं सी खांदा भी, उसनू नमकीन चावल वधेरे पसंद सन, चाह दा शौकीन सी और उसकी जेब विच हमेशा मूंगफली ते रेवड़ियां रहिंदियां सन। 8वें प्रश्न विच फिर 5 प्रश्न हैं एक एक नंबर दे। पहला है बेबे पिछले जन्म विच की सी? बाबे बरियामे दी दिव्य दृष्टि विचों बेबे पिछले जन्म विच दाणे पुन्नण वाली पड़पुंजन सी। दूसरा गुरु रामदास जी का विआह किस नाल होया? बीबी भानी जी नाल होया। तीसरा मिस्टर वैदर क्राफ्ट के नौकर का की नाम सी? जेम्स। चौथा बीबी भानी के पति का की नाम है? भाई जेठा जी, जिहड़े अगे चल के श्री गुरु रामदास जी चौथी पातशाही बने। पद्मा नदी किते है? बंगलादेश विच है। तो अगला 9वां प्रश्न है शोभा शक्ति नाटक के पहले या तीसरे अंक का सार लिखो? तो सारी उहदे च पहले या तीजे अंक की जिहड़ी कहानी है उहदे बारे लिखना सी। अगे 10वां प्रश्न आता है रमेश शोभा उत्ते की दोष लाउंदा है? शोभा शक्ति नाटक विचों रमेश जो कि शोभा का पति वह दोष लाउंदा है कि जिहड़ा शोभा का आचरण सही नहीं है और शोभा जिद्दी है, गुस्से वाली है, अपने पति के कहने विच नहीं है, घर रह के वह अपने बच्चे नूं नहीं संभालदी ते बाहर नौकरी करन क्यों जाती है। अगला है दीनदयाल कपूर का पात्र चित्रण करो? ये लिखा जा सकता है कि दीनदयाल कपूर जोड़ा शोभा का पिता है, शोभा शक्ति नाटक का मुख पात्र भी मुख पात्रा विच भी आता है, वह गुस्सेखोर है, अपनी पत्नी दो गुस्सेखोर है, पत्नी नूं दबा के रखने वाला है, दोहरा जीवन जींदा है, घर विच तो कहिंदा है संस्कारा दे हिसाब नाल जीना चाहिए लेकिन बाहर वह आप किसी होर पराई औरत मिसिज डेविड दे नाल उसदे नजायज़ संबंध हैं। वह जड़ा कि बाहर घर कहता है कि सब कुछ सही ढंग ना होना चाहिए लेकिन बाहर वो अपने कैसीनो विच भी जुआ वगैरह भी खेड़दा है और अपने पर्सनल मुनाफे करके अपना पर्सनल फायदा देख के अपनी बेटी का जड़ा ब्याह उसकी मर्जी के खिलाफ ही करना चाहता सी। 11वां प्रश्न है फिर 2 क्वेश्चन हैं दो दो नंबर दे। रमेश ते शोभा दे झगड़े का कारण की? रमेश ते शोभा दे झगड़े का कारण की? दोवां दे विचार नहीं मिलते हैं। रमेश जड़ा कि शोभा नूं दबा के घर दे अंदर रखना चाहते हैं ते शोभा जड़ी पढ़ी लिखी है स्वतंत्र जीवन जीना चाहती अपने फैसले आप लेना चाहती क्योंकि उसनूं अपने चंगे भले का ज्ञान है। अगला है शोभा शक्ति नाटक विच स्त्री की कौन इच्छा रूप मान हुंदी? शोभा शक्ति नाटक दे तिन्ने नाट पढ़ो तो पहले नाट विच शोभा ने पिता के खिलाफ गई, दूसरे च पति की वधीकी ना सही, तो तीसरे विच अपने बेटे नूं की भी वधीकी नहीं सही। तो इस तो इससे यही पता लगता है कि स्त्री की स्वतंत्र जीवन जीन की स्वतंत्र फैसले लैन की अपनी इच्छा मुताबिक अपने मन मुताबिक जीवन जीवन की इच्छा जिहड़ी कि साडे सामने रूपमान हुंदी है। अगे 12वां प्रश्न है जिदे च 10 प्रश्न जोड़े कि आधुनिक उहदे चो जीवन परिचय विचों जोड़े कि आए हैं। पहला है प्रोफेसर मोहन सिंह का जन्म कदों होया? आंसर है 30 सितंबर 1905, 30 डी ऑप्शन।
फिर है सुजान सिंह ने साहित्य के किस खेतर विच प्रसिद्धि हासिल की थी? सी ऑप्शन कहानी रचना। फिर है संत सिंह सेखों के किसी एक नाटक का नाम दसो, बी ऑप्शन कलाकार। दुल्हन इकांगी किसकी रचना है? सी ऑप्शन आईसी नंदा। शिव कुमार के गीतों का मूल सुर की है? पहली ऑप्शन बिरहा। गुरबख्श सिंह ने 1933 विच केड़ा रसाला कढ़िया? डी ऑप्शन प्रीतलड़ी। फिर है किस कवित्री नू इस्त्री दी आवाज़ किया जाता है? पहली ऑप्शन अमृता प्रीतम। अगला प्रश्न है हरचरण सिंह का जन्म कदों होया? डी ऑप्शन 10 दिसंबर 1914। फिर है कणक दी बली नाटक किसकी रचना है? पहली ऑप्शन बलवंत गार्गी। उस तो बाद है जपजी साहब किस दी लिखी बाणी है? दूस बी ऑप्शन गुरु नानक देव जी। उस तो बाद तीन जीव साहित्यकार दिते हैं, उन्होंने चो किसी दी एक दा जीवनी जड़ी लिखनी सी, शेख फरीद, गुरबख्श सिंह, प्रीतलड़ी और दमोदर। सो अगे 14वां प्रश्न जड़ा कि प्रेसी आ जाती है, जिसे दस्या जाता है कि पैरे नू संखेप करके लिखना और सिरलेख देना है। तो जड़ा ये पैरा है सुलखना बंदा वड्डियां दा सतिकार करता है, इसका सिरलेख बनता है सुलखना बंदा। इस दे जड़े कि कुल शब्द लगभग 157 हैं ते और इसकी तुम संखेप करके जड़ा करना सी 52 या 53 शब्दों में करना सी, और इसका सिरलेख बनेगा सुलखना बंदा। फिर उस तो बाद तीन कहानियां दे शिक्षा लिखिया, तीन शिक्षावां लिखिया, सिक्ख्या लिखी उन्होंने उत्ते एक कहानी लिखनी सी। पहली ईमानदारी का फल मिठा, ये चो लकड़हारे वाली कहानी लिखी जा सकती है। दूसरा है एके विच बरकत है किसान तो उहदे पुत्रां दी कहानी लिखी जा सकती है। तीसरा बुरी संगत नालों इकला चंगा, जड़ा इहदे उत्ते उह कहानी लिखी जा सकती है कि जिस तरह एक पिता ने अपने बच्चे नूं सुधारन लई सेबां दी टोक पेटी मंगवाई, तो उहदे च इक गलिया सेब रख के तो उहनूं समझाया कि जिस तरह एक गलिया सेब सारे सेबां दी पेटी नूं खराब कर सकता, उसे तरह एक खराब व्यक्ति, खराब दोस्त भी तेरे जीवन नूं जड़ा कि खराब कर सकता है। सो इह सी अज 12वीं क्लास का जड़ा प्री बोर्ड का पेपर आया सी। मैनूं उम्मीद है कि तुहानूं सारा समझ आ गया, इसदे आंसरस पता लग गए होणगे। फिर भी जे कोई क्वेरी है वो तुसी दसो, और मैं कल एक होर वीडियो अपलोड करांगी जिदे च मैं तुहानूं 12वीं क्लास के पूरे सिलेबस नूं मैं कंपाइल किया है, छोटे प्रश्नों विच या वड्डे प्रश्नों विच सारा है। अगर तुसी वो प्रश्न भी सारे कर लोगे तो तुहाडे 12वीं चो अच्छी तरह जिहड़े नंबर आ जाएंगे। सो वो वीडियो मैं कल अपलोड करांगी, उहदे उत्ते तुहाडे नाल कल डिस्कस करांगी। धन्यवाद, बेस्ट विशेज तुहाडे पढ़ाई वास्ते।